ये वो रंग है जो पहली बारिश में उतर जाएगा। जी हाँ, शेयर माछीवाड़ा दी दाना मंडी ते बिल्कुल टुकदा है, क्योंकि करोड़ों रुपए ला के नवा पाया गया सीवरेज पहली बरसात विच फेल हो गया है। दाना मंडी चंडीगढ़ की सुखना लेख बन गई। गड्डियां दी थां नौबत किश्तियां तक आ पहुंची अते हर बार दी तरह परेशान हुए सिर्फ अते सिर्फ किसान, आम लोग अते आड़ती भाईचारा। ਤੇ ਕੁਝ ਮਹੀਨੇ ਪਹਿਲਾਂ ਹੀ ਮਾਛੀਵਾੜਾ ਦਾਣਾ ਮੰਡੀ 'ਚ ਕਰੋੜਾਂ ਰੁਪਏ ਲਾ ਕੇ ਨਵਾਂ ਸੀਵਰੇਜ ਪਾਇਆ ਗਿਆ ਸੀ, ਤਾਂ ਕਿ ਮੰਡੀ ਵਿੱਚ ਆਉਂਦਾ ਬਰਸਾਤਾਂ ਦਾ ਪਾਣੀ ਸੀਵਰੇਜ ਰਾਹੀਂ ਕੱਢਿਆ ਜਾ ਸਕੇ। ਪਰ ਸੀਵਰੇਜ ਪਹਿਲੀ ਬਾਰਿਸ਼ ਵਿੱਚ ਹੀ ਜਾਮ ਹੋਇਆ ਨਜ਼ਰ ਆਇਆ, ਜਿਸ ਕਾਰਨ ਕਿਸਾਨਾਂ ਦੀ ਮੱਕੀ ਦੀ ਫਸਲ ਤਾਂ ਖਰਾਬ ਹੋਈ ਹੀ, ਨਾਲ ਹੀ ਆੜ੍ਹਤੀਆਂ ਵੱਲੋਂ ਖਰੀਦਿਆ ਮਾਲ ਵੀ ਪਾਣੀ ਵਿੱਚ ਪਿਆ ਨਜ਼ਰ ਆਇਆ। ਤੁਹਾਡਾ ਨਾਂ ਦੱਸ? ਮੈਂ ਸ਼ਸ਼ੀ ਭਾਟੀਆ। ਕੀ ਹੋ ਤੁਸੀਂ ਉਰੇ ਦੇ? ਮੈਂ ਵਾਈਸ ਪ੍ਰੈਜ਼ੀਡੈਂਟ ਹਾਂ ਕਮੇਟੀ ਦੇ। ਕਿਸ ਤਰ੍ਹਾਂ ਦੇਖਦੇ ਹੋ ਜੀ ਸੀਵਰੇਜ ਨੂੰ ਬੰਦ ਪਏ? ਸੀਵਰੇਜ ਸਾਡੇ ਸਾਹਮਣੇ ਦਿਖ ਹੀ ਰਿਹਾ ਤੁਹਾਨੂੰ, ਇੱਥੇ ਕੀ ਸਾਡੀ ਪੀਸ਼ਨ ਹੋਈ ਹੋਈ ਹੈ, ਜ਼ਿਮੀਦਾਰਾਂ ਦਾ ਹਾਲ ਦੇਖੋ ਕੀ ਹੋਇਆ ਹੋਇਆ, ਬੜਾ ਮਾੜਾ ਹਾਲ ਹੈ ਸੀਵਰੇਜ ਦਾ। ਅਸੀਂ ਤਾਂ ਲੱਗ ਰਿਹਾ ਸੀ ਨਵਾਂ ਸੀਵਰੇਜ ਪਿਆ, ਚਲੋ ਠੀਕ ਹੋ ਜਾਊਗਾ, ਵਧੀਆ ਹੋਊਗਾ। ਪਹਿਲਾਂ ਅਸੀਂ 3-4 ਸਾਲ ਮੰਡੀ ਦੇ ਇਸ ਤਰ੍ਹਾਂ ਹੀ ਕੱਟੇ ਨੇ, ਬੜੇ ਔਖੇ ਕੱਟੇ ਨੇ। ਜੋ ਨਵਾਂ ਸੀਵਰੇਜ ਪਿਆ, ਬੜੀ ਔਖੀਆਂ ਮਿੰਨਤਾਂ ਕਰਕੇ ਪ੍ਰਧਾਨ ਜੀ ਨੇ, ਕਿਤੇ ਟਰਾਈਆਂ ਕਰਕੇ, ਆਲੋ ਦੋਲੋ ਕਰਕੇ ਨਵਾਂ ਸੀਵਰੇਜ ਪਿਆ। ਉਸ ਤੋਂ ਬਾਅਦ ਵੀ ਸਾਡਾ ਉਸ ਤੋਂ ਵੀ ਬੁਰਾ ਹਾਲ ਹੋ ਗਿਆ। ਹੁਣ ਕਿਹਦੀ ਨਾਲ ਕੀ ਸਮਝਦੇ ਹੋ? ਠੇਕੇਦਾਰ ਨੂੰ ਕਹਿ ਸਕਦੇ ਹਾਂ, ਕਿਉਂਕਿ ਬਣਾਇਆ ਤਾਂ ਠੇਕੇਦਾਰ ਨੇ ਹੈ। ਤੁਹਾਡੇ ਵੱਲੋਂ ਕੋਈ ਕਾਰਵਾਈ ਪਾਈ ਗਈ ਹੈ? ਸਾਡੇ ਵੱਲੋਂ ਅਸੀਂ ਬਾਰ ਬਾਰ ਸੈਕਟਰ ਸਾਹਿਬ ਨੂੰ ਵੀ ਕਹਿ ਦਿੰਦੇ ਸੀ, ਸੈਕਟਰ ਸਾਹਿਬ ਨਾਲ ਦੀ ਨਾਲ ਅੱਗੇ ਉਹਨੂੰ ਕਨਵੇ ਵੀ ਕਰਦੇ ਸੀ, ਇਹ ਨਹੀਂ ਕਰਦੇ ਸੀਗੇ। ਪਰ ਠੇਕੇਦਾਰ ਨੇ ਹੁਣ ਪਤਾ ਨਹੀਂ ਕੀ ਕੀਤਾ, ਟੈਕਨੀਕਲ ਕੀ ਕੀਤਾ, ਇੱਕ ਵਾਰ ਪਹਿਲਾਂ ਢੱਕਣ ਟੁੱਟੇ ਸੀ, ਉਹਨਾਂ ਨੇ ਦੁਬਾਰਾ ਲਗਾ ਤੇ, ਦੁਬਾਰਾ ਫਿਰ ਟੁੱਟ ਗਏ ਢੱਕਣ, ਉਹ ਵਿੱਚ ਸਾਰੀ ਮਿੱਟੀ ਜੰਮ ਰਹੀ ਹੈ, ਸਭ ਕੁਛ ਹੋ ਰਿਹਾ, ਸਮਝ ਹੀ ਨਹੀਂ ਆ ਰਿਹਾ ਕੀ ਹੋ ਰਿਹਾ। ਟ੍ਰੀਟਮੈਂਟ ਪਲਾਂਟ ਵੀ ਲਗਾਉਣਾ ਸੀਗਾ, ਉਹ ਲੱਗਿਆ ਜਾਂ ਨਹੀਂ? ਨਹੀਂ ਲੱਗਿਆ ਜੀ, ਬਿਲਕੁਲ ਨਹੀਂ ਲੱਗਿਆ। ਕਿੰਨੇ ਕੁ ਕਰੋੜ ਦਾ ਪ੍ਰੋਜੈਕਟ ਸੀਗਾ ਇਹ? ਕਰੋੜਾਂ ਦਾ ਪ੍ਰੋਜੈਕਟ ਕਹਿੰਦੇ ਨੇ, ਹੁਣ ਯਾਰ ਐਗਜੈਕਟ ਫਿਗਰ ਤਾਂ ਨਹੀਂ ਸਾਨੂੰ ਪਤਾ ਕਿੰਨੀ ਹੈ, ਇਹ ਕਰੋੜਾਂ ਦਾ ਪ੍ਰੋਜੈਕਟ ਹੈ। ਪਰ ਰਾਮਕ ਜੋ ਵੀ ਹੈ, ਇਹ ਸਾਡਾ ਜ਼ਿਮੀਦਾਰਾਂ ਦਾ ਬਹੁਤ ਬੁਰਾ ਹਾਲ ਹੈ। ਤੁਹਾਡੇ ਵੱਲੋਂ ਕੋਈ ਕਾਰਵਾਈ ਪਾਈ ਜਾਊਗੀ ਠੇਕੇਦਾਰ ਦੇ ਖਿਲਾਫ? ਸਾਡੇ ਵਸੀ ਕੌਣ ਹੁੰਦੇ ਕਰਨ ਵਾਲੇ? ਅਸੀਂ ਸੈਕਟਰ ਸਾਹਿਬ ਨੂੰ ਕਹਿ ਸਕਦੇ ਹਾਂ, ਪ੍ਰਸ਼ਾਸਨ ਨੂੰ ਕਹਿ ਸਕਦੇ ਹਾਂ, ਤੁਹਾਨੂੰ ਕਹਿ ਸਕਦੇ ਹਾਂ, ਇਹ ਤਾਂ ਮਹਿਕਮੇ ਦਾ ਕੰਮ ਹੈ ਜੀ, ਕਾਰਵਾਈ ਕਰਨਾ, ਅਸੀਂ ਕਿੱਥੋਂ ਕਰ ਸਕਦੇ, ਸਾਡੇ ਕੋਲ ਕੋਈ ਅਧਿਕਾਰ ਹੈ ਕਾਰਵਾਈ ਕਰਨ? ਤੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਨੇ ਇਲਜ਼ਾਮ ਲਗਾਇਆ ਕਿ ਸੀਵਰੇਜ ਪਾਉਣ ਵਿੱਚ ਠੇਕੇਦਾਰ ਵੱਲੋਂ ਵੱਡੀ ਧਾਂਦਲੀ ਕੀਤੀ ਗਈ ਹੈ, ਜਿਸ ਕਾਰਨ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਜਦਕਿ ਉਹਨਾਂ ਮੰਗ ਕੀਤੀ ਕਿ ਆੜ੍ਹਤੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਨੁਕਸਾਨ ਅਨੁਸਾਰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਪ੍ਰਧਾਨ ਜੀ, ਨਵਾਂ ਸੀਵਰੇਜ ਪਿਆ ਤਾਂ ਫਿਰ ਝੀਲ ਦਾ ਰੂਪ ਧਾਰ ਲਿਆ, ਕੀ ਕਹੋਗੇ? ਦੇਖੋ, ਤੁਸੀਂ ਇਹਨੂੰ ਕਹਿ ਸਕਦੇ ਹੋ ਨਵਾਂ? ਮੈਂ ਤਾਂ ਨਹੀਂ ਕਹਿ ਸਕਦਾ, ਕਿਉਂਕਿ ਜੋ ਹਾਲਾਤ 6 ਮਹੀਨੇ ਪਹਿਲਾਂ ਸੀ ਉਹੀ ਹਾਲਾਤ ਅੱਜ ਨੇ। ਜੋ ਉਦੋਂ ਵੀ ਤੁਸੀਂ ਆਏ ਸੀ, ਉਦੋਂ ਵੀ ਤੁਸੀਂ ਹਾਲਾਤ ਦੇਖੇ ਸੀ, ਤੇ ਅੱਜ ਵੀ ਹਾਲਾਤ ਸਮਕਾ ਤਾਂ ਉਸ ਤੋਂ ਬਦਤਰ ਲੱਗਦੇ ਨੇ ਜਿਹੜੇ ਹਾਲਾਤ ਨੇ, ਕਿਉਂਕਿ ਕਰੋੜਾਂ ਦਾ ਇਹ ਪ੍ਰੋਜੈਕਟ ਸੀਗਾ। ਸਾਨੂੰ ਵੀ ਸੁੱਖ ਦਾ ਸਾਹ ਆਇਆ ਸੀ ਵੀ 1982 ਤੋਂ ਬਾਅਦ ਜਦੋਂ ਤੋਂ ਮੰਡੀ ਬਣੀ, ਉਸ ਤੋਂ ਬਾਅਦ ਦੁਬਾਰਾ ਇਹ ਸੀਵਰੇਜ ਦੂਜੀ ਵਾਰ ਪੈਣ ਲੱਗਿਆ ਵੀ ਹੁਣ ਕੰਮ ਵਧੀਆ ਰਹੂਗਾ, ਇੱਥੇ ਮੰਡੀ ਦੇ ਵਿੱਚ ਪਾਣੀ ਨਹੀਂ ਖੜੂਗਾ। ਪਰ ਹੁਣ ਤੁਸੀਂ ਆਪ ਇਹ ਹਾਲਾਤ ਦੇਖ ਲਓ ਵੀ ਕੀ ਹੋ ਗਿਆ, ਇੱਥੇ ਆੜ੍ਹਤੀਆਂ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਿਆ, ਬੋਰੀਆਂ ਵੀ ਪਾਣੀ 'ਚ ਡੁੱਬ ਚੁੱਕੀਆਂ ਨੇ, ਕਿਉਂਕਿ ਮੱਕੀ ਦੀ ਫਸਲ ਐਸੀ ਹੈ ਜਿਹਨੂੰ ਮਾੜਾ ਜਿਹਾ ਪਾਣੀ ਲੱਗਿਆ ਜਦੇ ਖਰਾਬ ਹੋ ਜਾਂਦੀ ਹੈ। ਜਿਹੜਾ ਆੜ੍ਹਤੀਆਂ ਜ਼ਿਮੀਦਾਰਾਂ ਦਾ ਨੁਕਸਾਨ ਹੋਇਆ ਜੀ ਲੱਖਾਂ ਦਾ, ਇਹ ਕੀ ਭਰਪਾਈ ਕਰਨਗੇ ਜੀ ਸਰਕਾਰ? ਅਸੀਂ ਤਾਂ ਕਹਿੰਦੇ ਵੀ ਸਰਕਾਰ ਭਰਪਾਈ ਕਰੇ, ਔਰ ਜਿਹੜਾ ਇਹ ਸੀਵਰੇਜ ਦੇ ਵਿੱਚ ਜਿਹੜਾ ਗਲਤ ਕੰਮ ਹੋਇਆ ਇਹਦੀ ਇੱਕ ਨਿਰਪੱਖ ਏਜੰਸੀ ਤੋਂ ਜਾਂਚ ਕੀਤੀ ਜਾਵੇ, ਕਿਉਂਕਿ ਇੱਕ ਕਰੋੜਾਂ ਦਾ ਕੰਮ ਸੀ, ਔਰ ਇਹ 'ਚ ਲੱਗਦਾ ਵੀ ਜੇ ਵੱਡਾ ਕੋਈ ਹੇਰ ਫੇਰ ਹੋਇਆ, ਕਿਉਂਕਿ ਸਰਕਾਰ ਦਾ ਕੰਮ ਪੈਸੇ ਭੇਜਣਾ, ਸਰਕਾਰ ਨੇ ਪੈਸੇ ਭੇਜੇ, ਅੱਗੇ ਕਰਨਾ ਠੇਕੇਦਾਰ ਨੇ ਹੈ, ਔਰ ਏਜੰਸੀ ਜਿਹੜੇ ਉਹਨਾਂ ਦੇ ਅੱਗੇ
ਸਰਕਾਰ ਦੇ ਨੁਮਾਇੰਦੇ ਹੁੰਦੇ ਨੇ, ਚਾਹੇ ਉਹ SDO ਹੈ, JEE ਹੈ, ਸਾਰਿਆਂ ਨੇ ਕਰਾਉਣਾ ਹੁੰਦਾ ਕੰਮ, ਅਤੇ ਉਹਨਾਂ ਨੇ ਇੱਥੇ ਪੜਤਾਲ ਕੀ ਕੀਤੀ ਵੀ ਕੰਮ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ, ਕਿਉਂਕਿ ਜਿੱਥੇ ਅਸੀਂ ਹੌਦੀਆਂ ਬਣਾਉਣ ਨੂੰ ਗਿਆ ਉੱਥੇ ਹੌਦੀਆਂ ਨਹੀਂ ਬਣੀਆਂ, ਕਿਉਂਕਿ ਟੈਕਨੀਕਲ ਗੱਲਾਂ ਨੇ, ਸਾਰਾ ਬਲੂ ਪ੍ਰਿੰਟ ਚੈੱਕ ਕੀਤੇ ਜਾਣ ਵੀ ਕਿੱਥੇ ਕਿੱਥੇ ਕੀ ਕਮੀ ਰਹੀ, ਕਿਉਂਕਿ ਲੱਗਦੀ ਹੈ ਜੀ ਤੁਹਾਨੂੰ ਬਿਲਕੁਲ ਧਾਂਦਲੀ ਲੱਗਦੀ ਹੈ ਜੀ, ਧਾਂਦਲੀ ਲੱਗਦੀ ਨਹੀਂ, ਧਾਂਦਲੀ ਹੈ ਇਹ ਜੇ ਧਾਂਦਲੀ, ਜੇ ਧਾਂਦਲੀ ਨਾ ਹੁੰਦੀ ਤਾਂ ਇੰਨੇ 6 ਮਿੰਟ 'ਚ ਪਾਣੀ ਹੋ ਕਿਵੇਂ ਰੁਕ ਜਾਂਦਾ। ਇਹ ਵੀ ਕਿਹਾ ਗਿਆ ਸੀ ਇੱਥੇ ਇੱਕ ਟ੍ਰੀਟਮੈਂਟ ਪਲਾਂਟ ਲਾਇਆ ਜਾਊਗਾ ਉਹਦੇ ਵਿੱਚ, ਉਹ ਹਜੇ ਤੱਕ ਨਹੀਂ ਲੱਗਿਆ, ਉਹ ਕਿਉਂ ਨਹੀਂ ਲੱਗਿਆ? ਹੁਣ ਠੇਕੇਦਾਰ ਵੀ ਆਪਣਾ ਕੰਮ ਬੰਦ ਕਰਕੇ ਜਾ ਚੁੱਕਿਆ, 19 ਤਰੀਕ ਨੂੰ ਸੈਕਟਰੀ ਸਾਹਿਬ ਨੇ ਵੀ ਚਿੱਠੀ ਕੱਢੀ ਹੈ ਮਹਿਕਮੇ ਨੂੰ ਵੀ, ਭਾਈ ਜਿਹੜੇ ਰੋਡ ਗਲੀਆਂ ਢੱਕਣ ਟੁੱਟ ਚੁੱਕੇ ਨੇ ਸਾਰੇ ਬੰਦ ਹੋ ਚੁੱਕੇ ਨੇ, ਜਿਵੇਂ ਵੀ ਬਰਸਾਤ ਦਾ ਮੌਸਮ ਹੈ ਇਹਨੂੰ ਸਫਾਈ ਵੀ ਕਰਾਈ ਜਾਵੇ, ਢੱਕਣ ਵੀ ਰੱਖੇ ਜਾ, ਪਰ ਕੋਈ ਨਹੀਂ ਸੁਣਦਾ ਜੀ। ਜਦੋਂ ਇੱਕ ਅਫਸਰ ਦੀ ਹੀ ਮਹਿਕਮਾ ਨਹੀਂ ਸੁਣ ਰਿਹਾ ਉੱਪਰ ਜਿਹੜਾ ਸੀਵਰੇਜ ਬੋਰਡ ਮੰਡੀ ਬੋਰਡ ਦਾ, ਤਾਂ ਇਹਦੇ ਵਿੱਚ ਲੱਗਦਾ ਕੋਈ ਵੱਡਾ ਹੇਰ ਫੇਰ ਹੈਗਾ। ਇਹ ਨਿਰਪੱਖ ਕਿਸੇ ਏਜੰਸੀ ਤੋਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਜਾਂਚ ਕਰਾਈ ਜਾਵੇ। ਪੇਮੈਂਟ ਵੀ ਵਧਾਈ ਗਈ ਸੀ ਇਹਦੀ ਇਹਦੀ? ਹਾਂ, ਇਹਦੇ ਜੋ ਸਾਨੂੰ ਸੁਣ 'ਚ ਆਇਆ ਸੀਗਾ ਵੀ ਕੁਛ ਸਮੇਂ ਬਾਅਦ ਇਹ ਕਿਹਾ ਗਿਆ ਸੀਗਾ ਵੀ ਠੇਕੇਦਾਰ ਨੂੰ ਘਾਟਾ ਪੈ ਰਿਹਾ, ਇਹਦੀ ਪੇਮੈਂਟ ਜਿਹੜੀ ਆ ਵਧਾਈ ਜਾਵੇ, ਤੇ ਉਹਦੇ ਲਈ ਥੋੜਾ ਜਿਹਾ ਕੰਮ ਰੁਕਿਆ ਵੀ ਰਿਹਾ ਸੀਗਾ। ਹਾਂ, ਇਸੇ ਕਰਕੇ ਬੇਨਤੀ ਹੈ ਸਾਡੀ ਤਾਂ ਕਿ ਜਿਹੜਾ ਆੜ੍ਹਤੀਆਂ ਨੁਕਸਾਨ ਹੋਇਆ ਉਹ ਵੀ ਦੂਰ ਕੀਤਾ ਜਾਵੇ, ਔਰ ਜਿਹੜਾ ਇਹਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ, ਕਿਉਂਕਿ ਅੱਗੇ ਝੋਨੇ ਦਾ ਸੀਜ਼ਨ ਫਿਰ ਆ ਜਾਣਾ ਤੇ ਜਿਹੜੇ ਹਾਲਾਤ ਹੈ ਇਹ ਦਰੁਸਤ ਹੋ ਜਾਣ। ਜਦਕਿ ਜਦੋਂ ਸੈਂਟਰਲ ਪੰਜਾਬ ਟੀਵੀ ਦੀ ਟੀਮ ਵੱਲੋਂ ਇਸ ਸੰਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਮਨਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਸੀ ਉਹ ਵੀ ਸੁਣੋ। ਹੈਲੋ ਹੈਲੋ, ਹਾਂਜੀ ਹਾਂਜੀ, ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਮਨਜਿੰਦਰ ਸਿੰਘ ਦੀ ਗੱਲ ਕਰ ਰਹੇ? ਹਾਂਜੀ 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 ਹਾਂਜੀ। ਸਰ, ਮੰਡੀ ਦੇ ਹਾਲਾਤਾਂ ਬਾਰੇ ਗੱਲ ਕਰਨੀ ਸੀ ਜੀ। ਨਵਾਂ ਸੀਵਰੇਜ ਪਿਆ ਤਾਂ ਝੀਲ ਦਾ ਰੂਪ ਧਾਰ ਲਿਆ, ਕੀ ਕਹੋਗੇ? ਇਹ ਮੇਰੀ ਹੁਣੇ SDO ਸਾਹਿਬ ਨਾਲ ਗੱਲ ਹੋਈ, ਐਕਸ਼ਨ ਸਾਹਿਬ ਨਾਲ ਵੀ ਨੇ, JEE ਸਾਹਿਬ ਮੰਡੀ 'ਚ ਖੜੇ ਨੇ। ਹਾਂਜੀ ਹਾਂਜੀ, ਇਹ ਜਿਹੜੀ ਬਾਹਰਲੇ ਪਾਸੇ ਆਪਣੇ ਡਰੇਨ ਚੱਲਦੀ ਸੀ ਨਾ, ਉਹ ਓਵਰਫਲੋ ਹੋ ਗਈ ਜ਼ਿਆਦਾ ਅਸਲ 'ਚ ਮੀਂਹ ਨਾਲ। ਅੱਛਾ ਜੀ। ਜਿਹੜਾ ਮੰਡੀ ਦਾ ਪਾਣੀ ਉਹਦੇ ਵਿੱਚ ਸਿੱਟਿਆ ਹੋਇਆ ਆਪਣੇ ਡਰੇਨ 'ਚ, ਹਾਂਜੀ, ਉਹ ਜ਼ਿਆਦਾ ਮੀਂਹ ਪੈਣ ਨਾਲ ਓਵਰਫਲੋ ਹੋ ਗਈ, ਉਹਨੇ ਪਾਣੀ ਖਿੱਚਿਆ ਨਹੀਂ ਹੈਗਾ। ਅੱਛਾ ਜੀ। ਹਾਂ, ਉਹਦੇ ਕਰਕੇ ਥੋੜੀ ਪ੍ਰੋਬਲਮ ਆਈ ਹੈ, ਹੁਣ ਤਾਂ ਮੇਰਾ ਤਾਂ ਤਕਰੀਬਨ ਖਤਮ ਹੋ ਗਿਆ ਜੀ, 5-4 ਇੰਚ ਰਹਿ ਗਿਆ ਮੰਡੀ 'ਚ ਪਾਣੀ। ਹਾਂਜੀ। ਉਹ ਇੱਕੋ ਲਗਤ ਮੀਂਹ ਪੈਣ ਨਾਲ ਕੁਝ ਜਿਹੜਾ ਮੱਕੀ ਦਾ ਸੀਗਾ, ਹਾਂਜੀ ਹਾਂਜੀ, ਉਹ ਥੱਲੇ ਜਾਲੀਆਂ 'ਚ ਆ ਗਿਆ, ਉਹ ਵੀ ਸਵਾਹ ਸਾਫ ਕਰਨ ਲੱਗੇ ਹੋਏ ਨੇ ਬੰਦੇ ਸਾਰੇ। ਅੱਛਾ ਜੀ। ਉਹਦੇ ਕਰਕੇ ਪ੍ਰੋਬਲਮ ਆਈ ਹੈ ਇਹ, ਬਾਕੀ JEE ਸਾਹਿਬ ਮੰਡੀ 'ਚ ਖੜੇ ਨੇ ਜੀ। ਤੇ ਟ੍ਰੀਟਮੈਂਟ ਪਲਾਂਟ ਦੀ ਵੀ ਗੱਲ ਹੋਈ ਸੀ ਵੀ ਟ੍ਰੀਟਮੈਂਟ ਪਲਾਂਟ ਲਗਾਇਆ ਜਾਊਗੀ, ਟ੍ਰੀਟਮੈਂਟ ਪਲਾਂਟ ਨਹੀਂ ਲਗਾਇਆ ਜਿਹੜਾ ਸਾਫ ਕਰਕੇ ਪਾਣੀ ਨੂੰ ਭੇਜੂਗਾ? ਨਹੀਂ ਨਹੀਂ ਨਹੀਂ, ਇਹ ਤੇ ਟ੍ਰੀਟਮੈਂਟ ਪਲਾਂਟ ਕੋਈ ਨਹੀਂ ਲਾਇਆ ਜੀ ਹੈਗਾ, ਇਹ ਤਾਂ ਸਿਰਫ ਮੀਂਹ ਦਾ ਬਰਸਾਤੀ ਉਹ ਪਾਣੀ ਆ ਜੀ। ਨਹੀਂ ਨਹੀਂ, ਪਰ ਹੈ ਸੀ ਕੋਈ ਏਦਾਂ ਦੀ ਗੱਲ ਟ੍ਰੀਟਮੈਂਟ ਪਲਾਂਟ ਦੀ? ਕੋਈ ਆਈ ਨਹੀਂ ਅਜੇ, ਇਸ ਤਰ੍ਹਾਂ ਦੀ ਕੋਈ ਨਹੀਂ ਜੀ ਆਈ ਆਈ। ਇਹ ਕਿੰਨੇ ਕਿਹਦਾ ਟੈਂਡਰ ਸੀਗਾ ਜੀ? ਟੈਂਡਰ JEE ਸਾਹਿਬ ਦੱਸ ਸਕਦੇ ਨੇ ਜੀ, ਮੰਡੀ 'ਚ ਖੜੇ ਨੇ ਜੀ, ਤੁਹਾਨੂੰ ਮੈਂ ਨੰਬਰ ਦੇ ਦੇਣਾ ਉਹਨਾਂ ਨਾਲ ਸੰਪਰਕ ਕਰ ਲਓ ਜੀ। ਅੱਛਾ ਜੀ। ਹੋਲੀ ਖੜ ਕੇ ਕੰਮ ਕਰਾ ਰਹੇ ਨੇ, ਮੈਂ ਤੁਹਾਨੂੰ ਨੰਬਰ ਦੇ ਦੇਣਾ ਉਹਨੇ। ਅੱਛਾ ਅੱਛਾ। ਹਾਂਜੀ ਹਾਂਜੀ। ਕੋਈ ਕਾਰਵਾਈ ਕੀ ਹੋਊਗੀ ਹੁਣ ਜਿਹੜਾ ਠੇਕੇਦਾਰ ਆ ਉਹਦੇ ਖਿਲਾਫ ਕੋਈ ਕਾਰਵਾਈ ਹੋਊਗੀ ਇੱਦਾਂ ਦੀ ਵੀ ਚੱਲ ਨਹੀਂ ਰਿਹਾ ਸੀਵਰੇਜ? ਨਹੀਂ, ਸੀਵਰੇਜ ਤਾਂ ਚੱਲ ਰਿਹਾ ਜੀ, ਅਸਲ 'ਚ ਜਿਹੜਾ ਅੱਗੇ ਜੀ ਡਰੇਨ ਦੇ ਵਿੱਚ ਸਿੱਟਿਆ ਮੰਡੀ ਦਾ ਪਾਣੀ, ਹਾਂਜੀ, ਉਹ ਡਰੇਨ ਜ਼ਿਆਦਾ ਓਵਰਫਲੋ ਹੋ ਗਈ ਜੀ ਅਸਲ 'ਚ। ਅੱਛਾ। ਉਹ ਮੰਡੀ ਦਾ ਪਾਣੀ ਲੈ ਨਹੀਂ ਰਹੀ ਸੀਗੀ ਅਸਲ 'ਚ, ਹੁਣ ਉਹ ਪਾਣੀ ਉਹ 'ਚ ਘਟਿਆ ਡਰੇਨ 'ਚ, ਉਹਦੇ ਕਰਕੇ ਸਾਰਾ ਪਾਣੀ ਹੁਣ ਜਾਣ ਲੱਗ ਗਿਆ। ਫਿਰ ਉਹ ਉਹਨਾਂ ਨੇ ਪਾਈ ਨਹੀਂ ਚੰਗੀ ਤਰ੍ਹਾਂ ਜੀ? ਨਹੀਂ, ਠੇਕੇਦਾਰ ਨੇ, ਠੇਕੇਦਾਰ ਨੇ ਤਾਂ ਪਾਤੇ ਚੰਗੀ ਤਰ੍ਹਾਂ, ਹਾਂਜੀ, ਸਾਰੇ ਸ਼ਹਿਰ ਦਾ ਵੀ ਪਾਣੀ ਉਹ ਡਰੇਨ 'ਚ ਆ ਰਿਹਾ ਅਸਲ 'ਚ, ਹਾਂਜੀ, ਉਹ ਜ਼ਿਆਦਾ ਓਵਰਫਲੋ ਹੋਣ ਕਰਕੇ ਕੁਦੋਂ ਦੀ ਸਫਾਈ ਨਹੀਂ ਸ਼ਾਇਦ ਹੋਈ ਸੀਗੀ ਮੈਨੂੰ। ਨਹੀਂ, ਇਹ ਮੰਡੀ ਬੋਰਡ ਦੀ ਇਹ ਤਾਂ ਅਲੱਗ ਪਾਈ ਹੋਈ ਆ ਜੀ, ਸ਼ਹਿਰ ਦਾ ਤਾਂ ਇਹ 'ਚ ਹੈ ਹੀ ਨਹੀਂ। ਨਹੀਂ, ਮੰਡੀ ਬੋਰਡ ਦੀ ਬਾਹਰ ਡਰੇਨ 'ਚ ਸਿੱਟਿਆ ਜਾ ਕੇ ਪਾਣੀ ਮੰਡੀ। ਹਾਂਜੀ 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 ਹਾਂਜੀ। ਡਰੇਨ ਇਹ ਕਿੱਥੇ ਗਿਰ ਰਹੀ ਹੈ, ਕਿੱਥੇ ਗਾ ਜੀ ਡਰੇਨ ਇਹ? ਇਹ ਬਾਹਰਲੇ ਪਾਸੇ ਮੰਡੀ ਦੇ ਚੱਲ ਰਹੀ ਆ ਜੀ ਅੱਗੇ ਜਾ ਕੇ। ਅੱਛਾ। ਹਾਂਜੀ ਹਾਂਜੀ, ਬਾਕੀ ਜਿਹੜਾ ਕਰਿਆ ਤੁਹਾਨੂੰ ਮੈਂ JEE ਸਾਹਿਬ ਦਾ ਨੰਬਰ ਦੇ ਦੇਣਾ, ਸੰਪਰਕ ਕਰ ਲਓ ਮੰਡੀ 'ਚ, ਇਹਨੇ ਤੁਹਾਨੂੰ ਮਿਲ ਲੈਂਦੇ ਨੇ ਜੀ ਹੁਣੇ, ਚਲੋ ਮੰਡੀ 'ਚ ਖੜੇ ਨੇ ਉਹ। ਠੀਕ ਹੈ ਜੀ, ਮੈਂ ਤੁਹਾਨੂੰ ਨੰਬਰ ਦੇ ਦੇਣਾ ਹੁਣੇ, ਮੈਂ ਤੁਹਾਨੂੰ ਨੋਟ ਕਰ ਲਓ।
ਤਾਂ 6 ਮਹੀਨਿਆਂ ਦੇ ਅੰਦਰ ਹੀ ਨਵੇਂ ਸੀਵਰੇਜ ਦੇ ਢੱਕਣ ਟੁੱਟ ਗਏ, ਹੌਦੀਆਂ ਗਲਤ ਥਾਂ ਤੇ ਬਣਾ ਦਿੱਤੀਆਂ ਗਈਆਂ, ਕਰੋੜਾਂ ਦਾ ਪ੍ਰੋਜੈਕਟ ਪਹਿਲੇ ਮੀਂਹ ਵਿੱਚ ਹੀ ਫੇਲ ਹੋ ਗਿਆ। ਅਜਿਹੇ ਵਿੱਚ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ? ਠੇਕੇਦਾਰ ਆਪਣਾ ਕੰਮ ਕਰਕੇ ਤੁਰਦਾ ਬਣਿਆ, ਸਰਕਾਰਾਂ ਨੇ ਫੰਡ ਜਾਰੀ ਕਰ ਦਿੱਤੇ, ਪ੍ਰਸ਼ਾਸਨ ਨੇ ਮੌਕੇ ਤੇ ਜਾਂਚ ਪੜਤਾਲ ਕਰਕੇ ਡੰਗ ਟਪਾ ਲਿਆ, ਪਰ ਭੁਗਤਣਾ ਹੁਣ ਆਮ ਜਨਤਾ ਨੂੰ ਪੈ ਰਿਹਾ। ਜਵਾਬਦੇਹੀ ਕਿਸ ਦੀ ਏ, ਇਹ ਤੈਅ ਹੋਣਾ ਹਾਲੇ ਬਾਕੀ ਏ। ਮਾਛੀਵਾੜਾ ਤੋਂ ਸੁੱਚਾ ਸਿੰਘ ਬੰਗੜ, ਸੈਂਟਰਲ ਪੰਜਾਬ ਟੀਵੀ।